ਦਿੱਲੀ ਸੀਐਮ ਦਾ ਅਹੁਦਾ ਮਿਲਣ ਤੋਂ ਬਾਅਦ ਆਤਿਸ਼ੀ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਜੀ ਤੇ ਆਪ ਨੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਮੇਰੇ ਨੇਤਾ ਨੂੰ ਅਹੁਦਾ ਛੱਡਣਾ ਪਿਆ, ਇਸ ਕਰਕੇ ਮੈਂ ਬਹੁਤ ਉਦਾਸ ਹਾਂ, ਮੈਨੂੰ ਵਧਾਈ ਨਾ ਦਿਓ ਨਾ ਹੀ ਮੇਰੇ ਗਲ ਦੇ ਵਿੱਚ ਮਾਲਾ ਪਾਓ, ਕੇਜਰੀਵਾਲ ਦੇ ਮੁੱਖ ਮੰਤਰੀ ਨਾ ਬਣਨ ਤੱਕ ਮੈਂ ਪ੍ਰਣ ਲੈਂਦੀ ਹਾਂ ਕਿ ਭਾਜਪਾ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੀ। ਦਰਅਸਲ ਅੱਗੇ ਆਤਿਸ਼ੀ ਨੇ ਕਿਹਾ ਕਿ ਮੈਂ ਕੇਜਰੀਵਾਲ ਦੇ ਮਾਰਗ ਦਰਸ਼ਨ ਤੇ ਹੀ ਕੰਮ ਕਰਾਂਗੀ। ਦੱਸਦੀਏ ਕਿ ਮੰਤਰੀ ਆਤਿਸ਼ੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਸੀਐਮ ਦਾ ਅਹੁਦਾ ਮਿਲਣ ਤੋਂ ਬਾਅਦ, ਜਿੱਥੇ ਉਹਨਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਉੱਪਰ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲੱਗੇ ਨੇ, ਉਹਨਾਂ ਨੇ ਆਪਣੇ ਲਈ ਅਜ਼ਮਾਇਸ਼ ਦਾ ਰਾਹ ਚੁਣਿਆ। ਅਰਵਿੰਦ ਕੇਜਰੀਵਾਲ ਨੇ ਲਿਟਮਸ ਟੈਸਟ ਦਾ ਜੋ ਰਾਹ ਚੁਣਿਆ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ। ਮੈਂ ਅਤੇ ਦਿੱਲੀ ਦੇ ਸਾਰੇ ਮੰਤਰੀ ਇੱਕ ਪ੍ਰਣ ਕਰਦੇ ਹਾਂ ਕਿ ਜਦੋਂ ਤੱਕ ਅਰਵਿੰਦ ਕੇਜਰੀਵਾਲ ਜੀ ਮੁੜ ਤੋਂ ਦਿੱਲੀ ਦੇ ਮੁੱਖ ਮੰਤਰੀ ਨਹੀਂ ਬਣ ਜਾਂਦੇ, ਮੈਂ ਭਾਜਪਾ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੀ। ਅਰਵਿੰਦ ਕੇਜਰੀਵਾਲ ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲੱਗੇ ਨੇ, ਉਹਨਾਂ ਨੇ ਆਪਣੇ ਲਈ ਅਜ਼ਮਾਇਸ਼ ਦਾ ਰਾਹ ਚੁਣਿਆ। ਦੱਸਦੀਏ ਕਿ ਭਾਜਪਾ ਦਾ ਐਲਜੀ ਚਾਹੁੰਦੇ ਹਨ ਕਿ ਮੁਫ਼ਤ ਬਿਜਲੀ, ਚੰਗੇ ਸਰਕਾਰੀ ਸਕੂਲ, ਮੁਹੱਲਾ ਕਲੀਨਿਕ ਅਤੇ ਔਰਤਾਂ ਦੇ ਲਈ ਮੁਫ਼ਤ ਬੱਸ ਦੀ ਸਵਾਰੀ ਜੋ ਹੈ ਬੰਦ ਕਰ ਦਿੱਤੀ ਜਾਵੇ। ਇਹ ਵੱਡਾ ਬਿਆਨ ਆਤਿਸ਼ੀ ਦੇ ਵੱਲੋਂ ਸੀਐਮ ਬਣਨ ਤੋਂ ਬਾਅਦ ਦਿੱਤਾ ਗਿਆ। ਦੱਸਦੀਏ ਕਿ ਅੱਗੇ ਮੰਤਰੀ ਆਤਿਸ਼ੀ ਨੇ ਕਿਹਾ ਕਿ 22 ਰਾਜਾਂ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਇੱਕ ਵੀ ਰਾਜ ਦੇ ਵਿੱਚ ਉਹਨਾਂ ਨੇ ਦਿੱਲੀ ਵਾਂਗ ਲੋਕਾਂ ਨੂੰ ਸੇਵਾਵਾਂ ਨਹੀਂ ਦਿੱਤੀਆਂ, ਦਿੱਲੀ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਇੱਕ ਵੀ ਸੇਵਾ ਬੰਦ ਨਹੀਂ ਕੀਤੀ ਜਾਏਗੀ, ਮੈਂ ਅਰਵਿੰਦ ਕੇਜਰੀਵਾਲ ਦੇ ਮਾਰਗ ਦਰਸ਼ਨ ਤੇ ਕੰਮ ਕਰਾਂਗੀ। ਕੇਜਰੀਵਾਲ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਦੇ ਲਈ ਦਿੱਲੀ ਦੇ 2 ਕਰੋੜ ਲੋਕ ਇਕੱਠੇ ਹੋ ਕੇ ਕੰਮ ਕਰਨਗੇ। ਦਿੱਲੀ ਸੀਐਮ ਦਾ ਅਹੁਦਾ ਮਿਲਣ ਤੋਂ ਬਾਅਦ ਆਤਿਸ਼ੀ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਜੀ ਤੇ ਆਪ ਨੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਮੇਰੇ ਨੇਤਾ ਨੂੰ ਅਹੁਦਾ ਛੱਡਣਾ ਪਿਆ, ਇਸ ਕਰਕੇ ਮੈਂ ਬਹੁਤ ਉਦਾਸ ਹਾਂ, ਮੈਨੂੰ ਵਧਾਈ ਨਾ ਦਿਓ ਨਾ ਹੀ ਮੇਰੇ ਗਲ ਦੇ ਵਿੱਚ ਮਾਲਾ ਪਾਓ, ਕੇਜਰੀਵਾਲ ਦੇ ਮੁੱਖ ਮੰਤਰੀ ਨਾ ਬਣਨ ਤੱਕ ਮੈਂ ਪ੍ਰਣ ਲੈਂਦੀ ਹਾਂ ਕਿ ਭਾਜਪਾ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੀ। ਦਰਅਸਲ ਅੱਗੇ ਆਤਿਸ਼ੀ ਨੇ ਕਿਹਾ ਕਿ ਮੈਂ ਕੇਜਰੀਵਾਲ ਦੇ ਮਾਰਗ ਦਰਸ਼ਨ ਤੇ ਹੀ ਕੰਮ ਕਰਾਂਗੀ। ਦੱਸਦੀਏ ਕਿ ਮੰਤਰੀ ਆਤਿਸ਼ੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਸੀਐਮ ਦਾ ਅਹੁਦਾ ਮਿਲਣ ਤੋਂ ਬਾਅਦ, ਜਿੱਥੇ ਉਹਨਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਉੱਪਰ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲੱਗੇ ਨੇ, ਉਹਨਾਂ ਨੇ ਆਪਣੇ ਲਈ ਅਜ਼ਮਾਇਸ਼ ਦਾ ਰਾਹ ਚੁਣਿਆ। ਅਰਵਿੰਦ ਕੇਜਰੀਵਾਲ ਨੇ ਲਿਟਮਸ ਟੈਸਟ ਦਾ ਜੋ ਰਾਹ ਚੁਣਿਆ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ। ਮੈਂ ਅਤੇ ਦਿੱਲੀ ਦੇ ਸਾਰੇ ਮੰਤਰੀ ਇੱਕ ਪ੍ਰਣ ਕਰਦੇ ਹਾਂ ਕਿ ਜਦੋਂ ਤੱਕ ਅਰਵਿੰਦ ਕੇਜਰੀਵਾਲ ਜੀ ਮੁੜ ਤੋਂ ਦਿੱਲੀ ਦੇ ਮੁੱਖ ਮੰਤਰੀ ਨਹੀਂ ਬਣ ਜਾਂਦੇ, ਮੈਂ ਭਾਜਪਾ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੀ। ਅਰਵਿੰਦ ਕੇਜਰੀਵਾਲ ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲੱਗੇ ਨੇ, ਉਹਨਾਂ ਨੇ ਆਪਣੇ ਲਈ ਅਜ਼ਮਾਇਸ਼ ਦਾ ਰਾਹ ਚੁਣਿਆ। ਦੱਸਦੀਏ ਕਿ ਭਾਜਪਾ ਦਾ ਐਲਜੀ ਚਾਹੁੰਦੇ ਹਨ ਕਿ ਮੁਫ਼ਤ ਬਿਜਲੀ, ਚੰਗੇ ਸਰਕਾਰੀ ਸਕੂਲ, ਮੁਹੱਲਾ ਕਲੀਨਿਕ ਅਤੇ ਔਰਤਾਂ ਦੇ ਲਈ ਮੁਫ਼ਤ ਬੱਸ ਦੀ ਸਵਾਰੀ ਜੋ ਹੈ ਬੰਦ ਕਰ ਦਿੱਤੀ ਜਾਵੇ। ਇਹ ਵੱਡਾ ਬਿਆਨ ਆਤਿਸ਼ੀ ਦੇ ਵੱਲੋਂ ਸੀਐਮ ਬਣਨ ਤੋਂ ਬਾਅਦ ਦਿੱਤਾ ਗਿਆ। ਦੱਸਦੀਏ ਕਿ ਅੱਗੇ ਮੰਤਰੀ ਆਤਿਸ਼ੀ ਨੇ ਕਿਹਾ ਕਿ 22 ਰਾਜਾਂ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਇੱਕ ਵੀ ਰਾਜ ਦੇ ਵਿੱਚ ਉਹਨਾਂ ਨੇ ਦਿੱਲੀ ਵਾਂਗ ਲੋਕਾਂ ਨੂੰ ਸੇਵਾਵਾਂ ਨਹੀਂ ਦਿੱਤੀਆਂ, ਦਿੱਲੀ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਇੱਕ ਵੀ ਸੇਵਾ ਬੰਦ ਨਹੀਂ ਕੀਤੀ ਜਾਏਗੀ, ਮੈਂ ਅਰਵਿੰਦ ਕੇਜਰੀਵਾਲ ਦੇ ਮਾਰਗ ਦਰਸ਼ਨ ਤੇ ਕੰਮ ਕਰਾਂਗੀ। ਕੇਜਰੀਵਾਲ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਦੇ ਲਈ ਦਿੱਲੀ ਦੇ 2 ਕਰੋੜ ਲੋਕ ਇਕੱਠੇ ਹੋ ਕੇ ਕੰਮ ਕਰਨਗੇ।